ਜਦੋਂ ਮੈਂ ਤੁਹਾਡਾ ਸ਼ੋਅ ਵੇਖਦਾ ਨਾ, ਤੁਸੀਂ ਗਾ ਰਹੇ ਹੁੰਦੇ ਤੇ ਆਨੰਦਮਈ ਝੂਮ ਰਿਹਾ ਹੁੰਦਾ ਸਾਰਾ ਆਡੀਅੰਸ ਦਾ, ਕਰਾਊਡ ਦਾ, ਕਿ ਟਾਈਮ ਤੇ ਆ ਕੇ ਜਦੋਂ ਇੱਕ ਸਟਾਪ ਦਾ ਸਾਈਨ ਹੁੰਦਾ ਨਾ ਇਦਾਂ ਕਰਕੇ, ਤੁਸੀਂ ਉਹ ਰੋਕਦੇ ਹੋ। ਉਹ ਰੋਕਦੇ ਹੋ ਨਾ, ਉਦੋਂ ਲੂ ਕੰਡੇ ਜਿਹਨੂੰ ਗੂਸ ਬੰਪਸ ਕਹਿ ਦਿੰਦੇ ਆ, ਲੂ ਕੰਡੇ ਖੜੇ ਹੁੰਦੇ ਆ, ਕਿਹੜੇ ਰੌਂ ਚ ਹੁੰਦੇ ਉਦੋਂ? ਮੈਂ ਉਸ ਵੇਲੇ ਆਰਫ ਮੇਰੇ ਸਾਹਮਣੇ ਬੈਠਾ ਹੁੰਦਾ ਤੇ ਉਹਨਾਂ ਦੀ ਐਨਰਜੀ ਜਿਹੜੀ ਹੈ ਮੇਰੇ ਚਾਹ ਨਾਲ ਲੈਂਦੀ, ਮੇਰੇ ਪਿਆਰ ਕਰਨ ਨਾਲ ਲੈਂਦੀ, ਉਹ ਮੇਰੇ ਅੰਦਰ ਮੌਜੂਦ ਹੁੰਦੀ। ਤੁਹਾਨੂੰ ਅੰਦਰੋਂ ਕਿਵੇਂ ਲੱਗਦਾ ਜੀ? ਬਹੁਤ ਸਕੂਨ ਜਿਹਾ ਹੁੰਦਾ ਕਿ ਵੀ ਅਸੀਂ ਵਿਰਾਸਤ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਮੇਰੇ ਫਰੈਂਡ ਵੀ ਬਣ ਗਏ, ਯਾਰ ਵੀ ਹੋ ਗਏ, ਪੁੱਤਰ ਯਾਰ ਬਣ ਜਾ ਨਾ ਜੀ, ਤੇ ਸਮਝੋ ਇੱਕ ਸਦੀ ਤੁਹਾਡੀ ਦੋਸਤ ਹੋ ਗਈ। ਜਿਹੜਾ ਸੱਜਣ ਬਣਾ ਲੈਂਦੇ ਨਾ ਫਾਦਰ ਨੂੰ, ਤੇ ਵਕਤ ਜਿਹੜਾ ਨਾ ਉਹਦਾ ਸੱਜਣ ਹੋ ਜਾਂਦਾ। ਸਤਿ ਸ਼੍ਰੀ ਅਕਾਲ ਜੀ, ਸਲਾਮ ਅਲੈਕਮ ਦੋਸਤੋ। ਅੱਜ ਅਸੀਂ ਇੱਕ ਬਹੁਤ ਖੂਬਸੂਰਤ ਜਿਹੜੀ ਇੱਕ ਰੂਹ ਨਾਲ ਮਿਲਣ ਜਾ ਰਹੇ ਹਾਂ। ਬੜਾ ਚਾਅ ਜਿਹੜਾ, ਐਕਸਾਈਟਡ ਹੈ, ਨਰਵਸ ਵੀ ਹਾਂ, ਕਿਉਂਕਿ ਉਹ ਇੱਕ ਸ਼ਖਸੀਅਤ ਜਿਹੜੀ ਇੱਕ ਬਾਕਮਾਲ ਜਿਹੜੀਆਂ ਪੈੜਾਂ ਪਾਉਂਦੇ ਆ ਰਹੇ ਨੇ, ਇੱਕ ਫੋਕ ਘਰਾਣੇ ਨੂੰ ਜਿਹੜਾ ਜਨਮ ਦਿੱਤਾ ਅਤੇ ਫੋਕ ਘਰਾਣੇ ਨੂੰ ਅੱਗੇ ਜਿਹੜੀ ਇੱਕ ਲੈਗੇਸੀ ਬਣੀ ਸੀਗੀ ਆਲਮ ਲੋਹਾਰ ਸਾਹਿਬ ਉਹਨਾਂ ਦੇ ਨਾਲ, ਆਰਿਫ ਲੋਹਾਰ ਸਾਹਿਬ ਦੀ ਆਪਾਂ ਗੱਲ ਕਰਨੀ ਆ। ਜਨਾਬ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਬੱਚੇ ਜਿਹੜੇ ਅੱਗੇ ਆ ਉਹ ਬਾਖੂਬੀ ਇੱਕ ਪੈੜ ਅਤੇ ਪੈੜ ਧਰ ਕੇ ਜਿਹੜੀ ਆ ਇੱਕ ਮਿਸਾਲ ਕਾਇਮ ਕਰਨ ਜਾ ਰਹੇ ਨੇ। ਅਤੇ ਆਪਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਇੱਕ ਦਮਦਾਰ ਅਤੇ ਇੱਕ ਫੋਕ ਆਵਾਜ਼ ਜਿਹੜੀ ਦੋਹਾਂ ਪੰਜਾਬਾਂ ਦੀ ਜਿੰਦ ਜਾਨ ਹੈ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਲਾਮ ਅਲੈਕਮ ਜੀ। ਵਾਲੇਕੁਮ ਸਲਾਮ, ਸਤਿ ਸ਼੍ਰੀ ਅਕਾਲ ਜੀ। ਜਦੋਂ ਕੁਛ ਨਾ ਕੁਛ ਪੁਰਾਣੇ ਦੌਰ 'ਚ ਸੁਣਦੇ ਆਉਣੇ ਆ ਕਿ ਜਦੋਂ ਕਿਸੇ ਦੇ ਵਿੱਚ ਨਾ ਇੱਕ ਫੁੱਟ ਪੈ ਜਾਂਦੀ ਆ, ਇੱਕ ਦੌਰ ਇੱਦਾਂ ਦਾ ਆਉਂਦਾ, ਵੰਡ ਹੋ ਜਾਂਦੀ ਆ, ਚਾਹੇ ਆਪਾਂ 47 ਦੀ ਗੱਲ ਕਰੀਏ, ਚਾਹੇ ਉਦੋਂ ਬਾਅਦ ਕੁਛ ਹੋਰ ਚੀਜ਼ਾਂ ਵੀ ਹੋਈਆਂ, ਜਿਹੜੀ ਇੱਕ ਫੁੱਟ ਆ ਨਾ ਜੀ, ਉਹ ਵੱਧਦੀ ਜਾਂਦੀ ਹੁੰਦੀ ਸ਼ਰੀਕੇ ਦੇ ਵਿੱਚ, ਇਹ ਘੱਟਦੀ 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 ਇੱਕ ਪਿਆਰ 'ਚ ਤਬਦੀਲ ਹੋ ਗਈ ਆ। ਜੇ ਆਪਾਂ ਕਹੀਏ ਚੜ੍ਹਦੇ ਤੇ ਲਹਿੰਦੇ ਪੰਜਾਬ ਨੇ ਵਿਦੇਸ਼ਾਂ ਦੇ ਵਿੱਚ ਆ ਕੇ ਇੱਕ ਬਹੁਤ ਪਿਆਰ ਖੱਟਿਆ, ਉਸ ਪਿਆਰ ਨੂੰ ਜੋੜਨ ਦੀ ਕੜੀ ਇੱਕ ਆਰਿਫ ਲੋਹਾਰ ਸਾਹਿਬ ਜਦੋਂ ਵੀ ਆਉਂਦੇ ਆ ਤੇ ਬਾਖੂਬੀ ਇੱਕ ਤੋਂ ਵੱਧ ਸ਼ੋਅ ਹੁੰਦੇ ਨਜ਼ਰ ਆਉਂਦੇ ਆ। ਜਤਿੰਦਰ ਭਾਜੀ ਹੁਣਾਂ ਨੇ ਜਿਹੜਾ ਬਹੁਤ ਸੋਹਣਾ ਜਿਹੜਾ ਇਹ ਇਨੀਸ਼ੀਏਟਿਵ ਲਿਆ, ਪਰ ਤੁਸੀਂ ਦੇਖੋ ਕਿ ਵੀ ਇੱਕ ਤੋਂ ਵੱਧ ਸ਼ੋਅ ਤੁਸੀਂ ਹੁਣ ਬੈਰੜ ਦੇ ਵਿੱਚ ਸ਼ੋਅ ਕਰਨ ਜਾ ਰਹੇ ਹੋ, ਕਿਵੇਂ ਲੱਗ ਰਿਹਾ ਇਹ ਪਿਆਰ ਜਿਹੜਾ ਦੋਵਾਂ ਪੰਜਾਬਾਂ ਦਾ ਤੁਸੀਂ ਸਮੇਟ ਰਹੇ ਹੋ? ਬਹੁਤ ਵਧੀਆ ਲੱਗ ਰਿਹਾ ਜੀ, ਕਿਉਂਕਿ ਪਿਆਰ ਵਾਸਤੇ ਲਫ਼ਜ਼ ਜਿਹੜਾ ਨਾ ਇਹ ਬਹੁਤ ਬੜਾ ਲਫ਼ਜ਼ ਹੈ। ਅਲਫਾਜ਼ ਪਿਆਰ ਜਿਹੜਾ ਇਹਦੇ ਪਿੱਛੇ ਜ਼ਿੰਦਗੀ ਕੁਰਬਾਨ ਹੋ ਜਾਂਦੀ ਹੈ। ਸੋ ਕੋਈ ਜਿਹੜਾ ਨਾ, ਮੈਂ ਸਮਝਦਾ ਕਿ ਰੱਬ ਨੇ ਜਿਹੜਾ ਨਾ ਇਹ ਦੁਨੀਆ ਬਣਾਈ ਪਿਆਰ ਵਾਸਤੇ, ਔਰ ਇਹਦੇ ਵਿੱਚ ਮੈਂ ਨਹੀਂ ਸਮਝਦਾ ਕਿ ਪਤਾ ਨਹੀਂ ਕਿੱਥੋਂ ਆ ਜਾਂਦਾ ਕਿ ਬੰਦਾ ਕਿਸੇ ਵਾਸਤੇ ਕੋਈ ਥੋੜ੍ਹਾ ਜਿਹਾ ਗਿਲਾ ਵੀ ਰੱਖ ਲਵੇ। ਐਸਾ ਨਹੀਂ ਹੋ ਸਕਦਾ ਕਿ ਛੋਟੀ ਜਿਹੀ ਜ਼ਿੰਦਗੀ ਵਿੱਚ ਜਿਹੜਾ ਤੁਸੀਂ ਇੱਕ ਆਪਣਾ ਸੁਭਾਅ, ਆਪਣਾ ਤੁਸੀਂ ਜਿਹੜੀ ਵੈਲਿਊ ਰੱਖਦੇ ਹੋ ਲੋਕਾਂ ਦੇ, ਤੁਹਾਡਾ ਬੈਠਣ ਦਾ ਅੰਦਾਜ਼, ਤੁਹਾਡਾ ਤਾਜ਼ੀਮ ਕਰਨ ਦਾ ਅੰਦਾਜ਼, ਇਹ ਮੇਰੇ ਰੱਬ ਨੇ ਇੱਕ ਖੂਬਸੂਰਤ, ਮੈਂ ਸਮਝਦਾ ਕਿ ਇੱਕ ਸਾਨੂੰ ਤੁਹਾਨੂੰ ਤੋਹਫਾ ਦਿੱਤਾ ਹੈ ਦੁਨੀਆ ਵਿੱਚ ਰਹਿਣ ਵਾਸਤੇ। ਅਤੇ ਦੁਨੀਆ ਵਿੱਚ ਸਾਹ ਅਗਰ ਤੁਹਾਡੇ ਜਾਂ ਸਾਡੇ ਜਿਹੜੇ ਉਹ ਚੰਦ ਦਿਨ ਨੇ, ਤਾਂ ਫਿਰ ਮੈਂ ਕਹਿੰਦਾ ਜੀ ਫੁੱਲਾਂ ਵਾਂਗੂ ਜਿਹੜਾ ਨਾ ਉਹ ਅਮਨ ਅਤੇ ਪਿਆਰ ਮੁਹੱਬਤ ਇਹ ਜ਼ਿਆਦਾ ਤੋਂ ਜ਼ਿਆਦਾ ਵਧਣਾ ਚਾਹੀਦਾ। ਲੋਹਾਰ ਸਾਹਿਬ ਜਿਹੜੀ ਆਪਾਂ ਗੱਲ ਕਰਦੇ ਨਾ ਵੀ ਮੈਂ ਇੱਕ ਵੰਡ ਦੀ ਗੱਲ ਕੀਤੀ ਸੀਗੀ, ਵੰਡਿਆ ਸਾਡੇ ਤੋਂ ਨਾ ਇੱਕ ਬਹੁਤ
ਖਿੱਤੇ ਦੇ ਵਿੱਚ ਇੱਕ ਆਪਾਂ ਕਹਿ ਦਿੰਦੇ ਕਿ ਵੀ ਇੱਕ ਆਰਟ ਹੁੰਦਾ, ਇੱਕ ਕਲਾ ਹੁੰਦੀ ਆ, ਉਹ ਜੇ ਸਾਡੇ ਤੋਂ ਜੇ ਵਿਛੜਿਆ ਤਾਂ ਉਹ ਬਹੁਤ ਵੱਡਾ ਜਿਹੜਾ ਕਲਾ ਦਾ ਖੇਤਰ ਸੀਗਾ ਉਹ ਪਾਕਿਸਤਾਨ 'ਚ ਚਲਾ ਗਿਆ, ਪਰ ਸਾਡੇ ਨਾਲ ਅੱਜ ਮੌਜੂਦ ਹੈ। ਅਸੀਂ ਖੁਸ਼ਨਸੀਬ ਹੁੰਦੇ ਹਾਂ ਜਦੋਂ ਵੀ ਇੱਥੇ ਇੱਦਾਂ ਦੇ ਔਰਗਨਾਈਜ਼ਰ, ਚਾਹੇ ਜਤਿੰਦਰ ਭਾਅ ਜੀ ਹੋਣ, ਚਾਹੇ ਸੁਲਤਾਨ ਢਿੱਲੋਂ ਭਾਅ ਜੀ ਹੁਣ ਬੈਲਟ ਦੇ ਵਿੱਚ ਸ਼ੋਅ ਕਰਵਾਉਣ ਜਾ ਰਹੇ ਕੱਲ੍ਹ ਤੁਹਾਡਾ, ਚਾਹੇ ਉਹ ਪ੍ਰੀਤ ਖਿੰਡਾ ਜੀ ਜੀਲੋਂਗ 'ਚ ਕਰਾ ਰਹੇ, ਜਾਂ ਓਵਰਆਲ ਜਿਹੜੇ ਸਾਰੇ ਸ਼ੋਅ ਹੋਣ ਜਾ ਰਹੇ ਆ, ਅਤੇ ਸਾਡੀ ਖੁਸ਼ ਨਸੀਬੀ ਆ ਕਿ ਵੀ ਜਿਹੜਾ ਆਰਟ ਸਾਡੇ ਕੋਲੋਂ ਖਜ਼ਾਨਾ ਜਿਹੜਾ ਆਪਾਂ ਕਹਿ ਦਿੰਦੇ ਹਾਂ ਉਹ ਪਾਕਿਸਤਾਨ ਦੇ ਏਰੀਏ ਦੇ ਵਿੱਚ ਨਾ ਹੋ ਕੇ ਵਰਲਡ ਦੇ ਵਿੱਚ ਘੁੰਮ ਫਿਰ ਰਿਹਾ। ਜਿਹੜੀ ਆਪਣੀ ਲੈਗੇਸੀ ਜੋ ਤੁਸੀਂ ਕੈਰੀ ਕਰਦੇ ਹਾਂ, ਸਾਡੇ ਪੁਰਾਣੇ ਬਜ਼ੁਰਗ ਦੱਸਦੇ ਹੁੰਦੇ ਸੀ, ਸੁਣਦੇ ਹੁੰਦੇ ਸੀ, ਅਸੀਂ ਕੁਛ ਰਿਕਾਰਡ ਹੋਈਆਂ ਸਾਡੇ ਮਰਹੂਮ ਲੈਜੈਂਡ ਆਲਮ ਲੋਹਾਰ ਸਾਹਿਬ ਦੀਆਂ ਜਿਹੜੀਆਂ ਲੈਗੇਸੀ ਨੂੰ ਫੋਲੋ ਕਰਦੇ ਹਾਂ, ਤੁਸੀਂ ਕੀਤਾ, ਅੱਗੇ ਬੱਚੇ ਫੋਲੋ ਕਰ ਰਹੇ ਨੇ, ਉਹਨਾਂ ਦੇ ਵਿੱਚ ਜਦੋਂ 12-13 ਸਾਲ ਪਹਿਲਾਂ ਮੈਂ ਵੀਡੀਓ ਵੇਖ ਰਿਹਾ ਅਤੇ ਉਹ ਛੋਟਾ ਜਿਹਾ ਬੱਚਾ ਇੱਕ ਚੁਟਕੀ ਮਾਰ ਕੇ ਗਾ ਰਿਹਾ, ਅਤੇ ਅੱਜ ਤਿੰਨੇ ਫਰਜ਼ੰਦ ਤੁਹਾਡੇ ਉਹ ਜਿਹੜੀ ਉਹ ਚੀਜ਼ ਨੂੰ ਫੋਲੋ ਕਰ ਰਹੇ ਨੇ। ਉਹਨਾਂ ਬਾਰੇ ਦੱਸੀਏ ਕਿ ਉਹਨਾਂ ਦੇ ਨਾਲ ਲਾਈਵ ਸ਼ੋਅ ਜਿਹੜਾ ਤੁਹਾਡਾ ਹੋਣ ਜਾ ਰਿਹਾ, ਅਲੀ ਲੋਹਾਰ, ਆਮਿਰ ਲੋਹਾਰ ਅਤੇ ਜੂਨੀਅਰ ਆਲਮ ਲੋਹਾਰ, ਤੁਹਾਨੂੰ ਅੰਦਰੋਂ ਕਿਵੇਂ ਲੱਗਦਾ? ਜਿਵੇਂ ਆਪਾਂ ਕਹਿ ਦਿੰਦੇ ਨਾ ਵੀ ਇੱਕ ਬਹੁਤ ਸਕੂਨ ਜਿਹਾ ਆਉਂਦਾ ਕਿ ਵੀ ਅਸੀਂ ਇੱਕ ਵਿਰਾਸਤ ਨੂੰ ਅੱਗੇ ਲੈ ਕੇ ਜਾ ਰਹੇ ਹਾਂ, ਇੱਕ ਘਰਾਣੇ ਨੂੰ ਅੱਗੇ ਫੋਲੋ ਕਰ ਰਹੇ ਨੇ ਬੱਚੇ। ਅਸਲ ਵਿੱਚ ਮੇਰੇ ਤਿੰਨ ਪਹਿਰ ਨੇ, ਇਹ ਤਿੰਨ ਵਕਤ ਨੇ ਮੇਰੇ ਜ਼ਿੰਦਗੀ ਦੇ, ਉਹ ਇਕੱਠੇ ਹੁੰਦੇ ਨੇ ਅਤੇ ਮੈਂ ਇੰਜੋਏ ਕਰਨਾ। ਮੇਰੇ ਫਰੈਂਡ ਵੀ ਬਣ ਗਏ, ਯਾਰ ਵੀ ਹੋ ਗਏ, ਪੁੱਤਰ ਯਾਰ ਬਣ ਜਾ ਨਾ ਜੀ, ਅਤੇ ਸਮਝੋ ਇੱਕ ਸਦੀ ਤੁਹਾਡੀ ਦੋਸਤ ਹੋ ਗਈ। ਅਤੇ ਪਿਓ ਜੈਸਾ ਯਾਰ ਦੁਨੀਆ 'ਤੇ ਕੋਈ ਨਹੀਂ, ਬਾਪੂ ਜੈਸਾ, ਪਿਓ ਜੈਸਾ, ਫਾਦਰ ਜੈਸਾ, ਜਿਹੜਾ ਸੱਜਣ ਬਣਾ ਲੈਂਦੇ ਨਾ ਫਾਦਰ ਨੂੰ ਜਾਂ ਬਾਪ ਨੂੰ ਆਪਣਾ ਸੱਜਣ ਬਣਾ ਲੈਂਦਾ, ਅਤੇ ਵਕਤ ਜਿਹੜਾ ਨਾ ਉਹਦਾ ਸੱਜਣ ਹੋ ਜਾਂਦਾ। ਵਕਤ ਕਦੀ ਉਹਦੇ ਨਾਲ ਧੋਖਾ ਨਹੀਂ ਕਰਦਾ, ਕਿਉਂਕਿ ਉਹਦੇ ਕੋਲ ਜੋ ਕੁਝ ਹੁੰਦਾ ਉਹ ਨਿਛਾਵਰ ਕਰ ਦਿੰਦਾ ਆਪਣੇ ਪੁੱਤਰ ਦੇ ਉੱਤੋਂ ਕਿ ਪੁੱਤਰਾ ਇਹ ਚੰਗਾ ਹੀ ਅਤੇ ਇਸ ਰਸਤੇ 'ਤੇ ਚੱਲਦਾ ਰਵੀ। ਤੋ ਜ਼ਿੰਦਗੀ ਦਾ ਇੱਕ ਐਕਸਪੀਰੀਅੰਸ ਉਹਨਾਂ ਦਾ ਨਾਲ ਚੱਲਦਾ ਹੁੰਦਾ। ਮੇਰੇ ਕੋਲ ਮੇਰੇ ਵਾਲਦ ਦਾ, ਮੇਰੇ ਦਾਦੇ ਦਾ ਉਹ ਸਾਰਾ ਜਿਹੜਾ ਬਹਿਣ ਉੱਠਣ ਸੀ ਉਹ ਸਾਰਾ ਟ੍ਰਾਂਸਫਰ ਮੈਂ ਆਪਣੀ ਔਲਾਦ 'ਚ ਕਰ ਦਿੱਤਾ ਕਿ ਪੁੱਤਰ ਪਿਆਰ ਵਾਸਤੇ ਜ਼ਿੰਦਾ ਰਹਿਣਾ ਔਰ ਯਾਦਾਂ ਬਣਾਉਣੀਆਂ ਜ਼ਿਆਦਾ ਤੋਂ ਜ਼ਿਆਦਾ। ਕੋਸ਼ਿਸ਼ ਤਾਂ ਹੋਈ। ਤੁਹਾਡੀ 7 ਸਾਲ ਦੀ ਉਮਰ ਦੇ ਵਿੱਚ ਤੁਸੀਂ ਗਾਉਣਾ ਸ਼ੁਰੂ ਕੀਤਾ, 10 ਸਾਲ ਦੇ ਵਿੱਚ ਫਾਦਰ ਸਾਹਿਬ ਤੁਹਾਡੇ ਜਿਹੜੇ ਚਲੇ ਗਏ ਨੇ, ਤੁਹਾਡੇ ਨਾਲ ਨੇ ਪਰ ਉਸ ਲੋਕ ਚਲੇ ਗਏ ਨੇ ਜਿੱਥੋਂ ਆਸ਼ੀਰਵਾਦ ਦਿੰਦੇ ਨੇ ਕਿ ਤੁਹਾਡੀ ਲੈਗੇਸੀ ਜਿਹੜੀ ਆ ਉਹ ਲਗਾਤਾਰ ਚੱਲਦੀ ਰਹੇ। ਅਤੇ ਉਹਦੇ 'ਚ ਜਦੋਂ ਤੁਸੀਂ ਇੱਕ ਚੀਜ਼ ਨੂੰ ਅੱਗੇ ਲੈ ਕੇ ਜਾਣਾ ਸੀਗਾ ਪਰ ਹੁਣ ਤੁਹਾਨੂੰ ਬੱਚਿਆਂ ਦੀ ਜ਼ਿੰਮੇਵਾਰੀ, ਤੁਸੀਂ ਬੋਰਡ ਬਣ ਕੇ ਅੱਗੇ ਆਏ ਹਾਂ, ਇੱਕ ਤੁਸੀਂ ਕੋਕ ਸਟੂਡੀਓ ਦੀ ਜਿਹੜੇ ਆਜ਼ਾਦ ਕੀਤਾ ਸੀਗਾ, ਇੱਕ ਹੋਣ ਦਿੱਤੀ ਸੀ, ਪਰ ਉਹਦੇ 'ਚ ਹੁਣ ਕੀ ਨਵੀਂ ਹੋਰ ਬੱਚਿਆਂ ਦੀ ਕੀ ਇਨੋਵੇਸ਼ਨ ਹੈ ਜਾਂ ਆਪਾਂ ਕਹਿ ਸਕਦੇ ਕਿ ਨਵੀਂ ਕੀ ਕ੍ਰੀਏਟੀਵਿਟੀ ਆ? ਹੁਣ ਬਹੁਤ ਜ਼ਿਆਦਾ ਜਿਹੜਾ ਦੌਰ ਹੈ ਬਦਲਦਾ ਜਾ ਰਿਹਾ ਡੇ ਬਾਈ ਡੇ, ਲੇਕਿਨ ਨੇਚਰ, ਮਿੱਟੀ ਦੀ ਖੁਸ਼ਬੂ, ਮਾਂ ਬੋਲੀ ਦੀ ਚਾਸ਼ਨੀ, ਸਾਡੇ ਲੋਕਾਂ ਦਾ ਜਿਹੜਾ ਅੰਦਰ ਹੈ, ਇਹ ਦੁਨੀਆ 'ਤੇ ਟਾਈਮ ਬਦਲ ਸਕਦਾ ਪਰ ਇਹ ਕਦੀ ਨਹੀਂ ਬਦਲ ਸਕਦਾ, ਕਿਉਂਕਿ ਜਦੋਂ ਤੱਕ ਇਹ ਧਰਤੀ ਹੈ ਮੈਨੂੰ ਉਮੀਦ ਹੈ ਰੱਬ ਸੋਹਣੇ ਦੀ ਕਿ ਜ਼ੁਬਾਨਾਂ ਜਿਹੜੀਆਂ ਨੇ ਉਹਨਾਂ ਦੀ ਚਾਸ਼ਨੀ ਰਹੇਗੀ। ਕਿਉਂਕਿ ਜਿਸ ਦਿਨ ਪਿਆਰ ਖਤਮ ਹੋ ਜਾਂਦਾ ਉਸ ਦਿਨ ਦੁਨੀਆ ਜਿਹੜੀ ਹੈ ਨਾ ਉਸੇ ਬੰਦੇ ਦੀ ਖਤਮ ਹੋ ਜਾਂਦੀ ਜਿਹੜੇ ਬੰਦੇ ਕੋਲੋਂ ਪਿਆਰ ਜਾਂਦਾ ਰਹਿੰਦਾ। ਅਤੇ ਇਹਨੂੰ ਘੁੱਟ ਕੇ ਫੜ ਛੱਡੋ,
ਵਕਤ ਜਿਹੜਾ ਆਸਾਨ ਹੋ ਜਾਂਦਾ, ਲੇਕਿਨ ਮੇਰੇ ਬੱਚਿਆਂ ਦੇ ਨਾਲ ਮੇਰੀ ਜਿਹੜੀ ਦੋਸਤੀ ਹੈ, ਯਾਰੀ ਹੈ ਪਿਓ ਪੁੱਤਰਾਂ ਦੀ, ਉਹ ਬੜੀ ਇੱਕ ਵੱਖਰਾ ਹੀ ਜਿਹਾ ਉਹਦਾ ਰੱਬ ਨੇ, ਕਹਿੰਦੇ ਨੇ ਇੱਕ ਕੋਈ ਦੁੱਖ ਆਉਂਦਾ ਅਤੇ ਉਹਦੇ ਨਾਲ ਜਿਹੜਾ ਮਰਮ ਲਾਉਂਦਾ ਨਾ ਮੇਰਾ ਸੋਹਣਾ ਰੱਬ, ਇਹ ਉਹੀ ਜਾਣਦਾ ਜਿਹਦੇ ਅਸੀਂ ਖਿਡੌਣੇ ਹਾਂ, ਜਿਹਦੇ ਅਸੀਂ ਬਾਵੇ ਹਾਂ। ਉਹ ਕਹਿੰਦੇ ਨਾ ਮਿੱਟੀ ਮਿੱਟੀ ਦੁਨੀਆ ਸਾਰੀ, ਮਿੱਟੀ ਦਾ ਸੰਸਾਰ, ਮਿੱਟੀ ਮਿੱਟੀ ਦੁਨੀਆ ਸਾਰੀ, ਮਿੱਟੀ ਦਾ ਸੰਸਾਰ, ਮਿੱਟੀ ਦੇ ਸਨ ਬਾਦਸ਼ਾਹ ਅਤੇ ਮਿੱਟੀ ਦੇ ਦਰਬਾਰ, ਸਭ ਕੁਝ ਅਗਰ ਮਿੱਟੀ ਹੋ ਜਾਣਾ ਤਾਂ ਫਿਰ ਫਾਇਦਾ ਕੀ? ਅੱਜ ਤੁਸੀਂ ਬੈਠੇ ਹੋ, ਜਵਾਨ ਹੋ ਕੇ ਮੈਂ ਬੈਠਾ, ਇਸ ਤੋਂ ਪਹਿਲੇ ਵੀ ਦੁਨੀਆ ਸੀ, ਉਸ ਤੋਂ ਪਹਿਲੇ ਵੀ ਦੁਨੀਆ ਸੀ, ਉਸ ਤੋਂ ਪਹਿਲੇ ਵੀ ਦੁਨੀਆ ਸੀ। ਉਹ ਲੋਕ ਜ਼ਿੰਦਾ ਨੇ ਜਿਨ੍ਹਾਂ ਦੇ ਚੰਗੇ ਅਲਫਾਜ਼, ਚੰਗੇ ਪਹਿਰ, ਚੰਗੀਆਂ ਯਾਦਾਂ ਜਿਨ੍ਹਾਂ ਲੋਕਾਂ ਦੀਆਂ ਹੈਨ ਨੇ, ਉਹ ਅੱਜ ਤੱਕ ਨਹੀਂ ਮਰ ਸਕੇ। ਅਤੇ ਕੁਝ ਲੋਕ ਨੇ ਜਿਹੜੇ ਇਬਰਤ ਵਾਸਤੇ ਯਾਦ ਕੀਤੇ ਜਾਂਦੇ ਨੇ, ਅਤੇ ਅੱਲਾ ਇਹ ਮੁਕਾਮ ਤੇ ਰੱਬ ਕਿਸੇ ਨੂੰ ਨਾ ਦੇਵੇ। ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਕਿ ਪਿਆਰ ਦੇ ਬੂਟੇ ਲੱਗਣ ਜ਼ਿਆਦਾ ਤੋਂ ਜ਼ਿਆਦਾ, ਚੜ੍ਹਦਾ ਲਹਿੰਦਾ ਪੰਜਾਬ ਕਾਇਮ ਉਹ ਦਾਇਮ ਰਹੇ, ਮੁਹੱਬਤਾਂ ਜਿਹੜੀਆਂ ਵੱਧਦੀਆਂ ਰਹਿਣ। ਜਦੋਂ ਤੱਕ ਜਤਿੰਦਰ ਜੈਸੇ ਮੇਰੇ ਵੀਰ ਇਸ ਦੁਨੀਆ 'ਤੇ ਹੈ ਨੇ, ਅੱਲਾ ਇਹਨਾਂ ਨੂੰ ਸਲਾਮਤ ਰੱਖੇ, ਇਹਨਾਂ ਦੀ ਜੱਦ ਨਸਲ ਨੂੰ ਸਲਾਮਤ ਰੱਖੇ। ਇਸ ਮੇਰੇ ਵੀਰ ਨੇ ਬੜਾ ਸੋਹਣਾ, ਇਹਨੇ ਦੇਖਿਆ ਨਫ਼ਾ ਨੁਕਸਾਨ, ਇਹਨੇ ਵੇਖਿਆ ਵੀ ਅਸੀਂ ਆਪਣੇ ਮਾਂ ਬੋਲੀ ਦੀ ਸੇਵਾ ਕਿਵੇਂ ਕਰ ਸਕਦੇ ਹਾਂ। ਅਤੇ ਮਿਹਰਬਾਨੀ, ਬੜੇ ਅਰਸੇ ਬਾਅਦ ਫਿਰ ਮੈਨੂੰ ਤੁਹਾਡੇ ਸਾਹਮਣੇ ਲਿਆ ਕੇ ਬਿਠਾ ਦਿੱਤਾ। ਧੰਨਵਾਦ ਜੀ, ਬਹੁਤ ਧੰਨਵਾਦ। ਅਸੀਂ ਹਮੇਸ਼ਾ ਸ਼ੁਕਰੀਆ ਅਦਾ ਕਰਦੇ ਹਾਂ, ਬਹੁਤ ਸੋਹਣੇ ਸੋਹਣੇ ਸ਼ੋਅ ਲੈ ਕੇ ਆਉਂਦੇ ਨੇ, ਪਰ ਜਿਹੜਾ ਇੱਕ ਸੁਮੇਲ ਕੀਤਾ ਚੜ੍ਹਦੇ ਲਹਿੰਦੇ ਪੰਜਾਬ ਦੀ ਗੱਲ ਕੀਤੀ ਆ ਜਤਿੰਦਰ ਭਾਅ ਜੀ ਦਾ, ਬਹੁਤ ਧੰਨਵਾਦ। ਪਰ ਚੜ੍ਹਦਾ ਲਹਿੰਦਾ ਪੰਜਾਬ ਮੈਂ ਵੀ ਵੇਖ ਰਿਹਾ ਕਿ ਈਸਟ ਅਤੇ ਵੈਸਟ ਦੇ ਵਿੱਚੋਂ ਜਦੋਂ ਆਪਾਂ ਅੱਜ ਬੈਲਟ ਦੇ ਵਿੱਚ ਬੈਠੇ ਹਾਂ, ਅਤੇ ਮੈਲਬਨ ਦੇ ਵਿੱਚ ਵੀ ਸ਼ੋਅ ਆਪਣਾ, ਇਹ ਚੜ੍ਹਦੇ ਲਹਿੰਦੇ ਪੰਜਾਬ ਦੀਆਂ ਗੱਲਾਂ, ਜੇ ਚੜ੍ਹਦੇ ਲਹਿੰਦੇ ਵਿਕਟੋਰੀਆ ਨੂੰ ਆਪਾਂ ਕਹਿ ਸਕਦੇ ਹਾਂ, ਈਸਟ ਅਤੇ ਵੈਸਟ, ਹੈ ਨਾ। ਕੱਲ੍ਹ ਨੂੰ ਆਪਣਾ ਸ਼ੋਅ ਹੋ ਰਿਹਾ ਪੈਲਟ ਦੇ ਵਿੱਚ, ਫਿਰ ਆਪਣਾ ਸ਼ੋਅ ਹੋ ਰਿਹਾ ਜੀਲੋਂਗ ਦੇ ਵਿੱਚ, ਅਤੇ ਫਿਰ ਪੈਲੇ ਥੀਏਟਰ ਦੇ ਵਿੱਚ 1 ਸਤੰਬਰ ਨੂੰ ਜਿਹੜਾ ਆਪਣਾ ਸ਼ੋਅ ਹੋ ਰਿਹਾ। ਲਾਸਟ ਹੀ ਗੱਲ ਕਰਨ ਦੇ ਲਈ ਨਾ, ਮੈਂ ਐਕਸਾਈਟਡ ਸੀਗਾ ਜਦੋਂ ਮੈਂ ਤੁਹਾਡਾ ਸ਼ੋਅ ਵੇਖਦਾ ਨਾ, 2-3 ਵਾਰੀ ਮੈਨੂੰ ਮੌਕਾ ਮਿਲਿਆ। ਇੱਕ ਹੁੰਦਾ ਵੀ ਜਦੋਂ ਜਲੌ 'ਚ ਆਏ ਹੁੰਦੇ ਆ ਸਾਰੇ ਸਾਜ਼ੀ, ਅਤੇ ਤੁਸੀਂ ਗਾ ਰਹੇ ਹੁੰਦੇ ਹੋ, ਅਤੇ ਆਨੰਦਮਈ ਝੂਮ ਰਿਹਾ ਹੁੰਦਾ ਸਾਰਾ ਆਡੀਅੰਸ ਦਾ, ਕਰਾਊਡ ਦਾ ਜਿਹੜਾ ਮਾਹੌਲ ਆ, ਅਤੇ ਇੱਕ ਟਾਈਮ 'ਤੇ ਆ ਕੇ ਜਦੋਂ ਇੱਕ ਸਟੋਪ ਦਾ ਸਾਈਨ ਹੁੰਦਾ ਨਾ ਇੱਦਾਂ ਕਰਕੇ, ਤੁਸੀਂ ਉਹ ਰੋਕਦੇ ਹੋ, ਅਤੇ ਉਹ ਰੋਕਦੇ ਹੋ ਨਾ, ਉਦੋਂ ਕੋਈ ਵੀ ਜੈਸਚਰ ਨਹੀਂ ਕੰਮ ਕਰ ਰਿਹਾ ਹੁੰਦਾ ਬੋਡੀ ਦਾ, ਉਦੋਂ ਲੂ ਕੰਡੇ ਜਿਹਨੂੰ ਗੂਸ ਬੰਪਸ ਕਹਿ ਦਿੰਦੇ ਆ, ਲੂ ਕੰਡੇ ਖੜ੍ਹੇ ਹੁੰਦੇ ਆ, ਫਿਰ ਇੱਕੋ ਹੀ ਇੱਕ ਜੈਸਚਰ ਹੁੰਦਾ ਕਿ ਵੀ ਇੱਕ ਖਲਾਅ ਪੈਦਾ ਹੁੰਦਾ ਅਤੇ ਲੋਕਾਂ ਦੀ ਐਕਸਾਈਟਮੈਂਟ ਪੈਦਾ ਹੁੰਦੀ ਆ, ਫਿਰ ਇੱਕ ਬਹੁਤ ਵੱਡਾ ਪਹਾੜ ਟੁੱਟਦਾ, ਇੱਕ ਬਹੁਤ ਬੁਲੰਦ ਆਵਾਜ਼ ਦਾ, ਅਤੇ ਇੱਕ ਸਾਜ਼ੀਆਂ ਦੀ ਤੁਹਾਡੇ ਨਾਲ ਕੋਆਰਡੀਨੇਸ਼ਨ ਦਾ। ਕਿਹੜੇ ਰੌਂ 'ਚ ਹੁੰਦੇ ਉਦੋਂ? ਮੈਂ ਉਸ ਵੇਲੇ ਆਰਫ ਮੇਰੇ ਸਾਹਮਣੇ ਬੈਠਾ ਹੁੰਦਾ ਅਤੇ ਉਹਨਾਂ ਦੀ ਐਨਰਜੀ ਜਿਹੜੀ ਹੈ ਮੇਰੇ ਚਾਹ ਨਾਲ ਲੈਂਦੀ, ਮੇਰੇ ਪਿਆਰ ਕਰਨ ਨਾਲ ਲੈਂਦੀ, ਉਹ ਮੇਰੇ ਅੰਦਰ ਮੌਜੂਦ ਹੁੰਦੀ, ਰੱਬ ਦੀ ਕਰਮ ਨਵਾਜ਼ੀ ਹੁੰਦੀ ਹੈ ਅਤੇ ਉਹਦੀ ਮਖਲੂਕ ਨੂੰ ਖੁਸ਼ ਕਰ ਰਿਹਾ ਹੁੰਦਾ। ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਜਾਨ ਲੜਾ ਕੇ ਵੀ ਆਪਣੇ ਚਾਹ ਵਾਲਿਆਂ ਨੂੰ ਸੋਹਣੀਆਂ ਯਾਦਾਂ ਛੱਡ ਕੇ ਜਾਵਾਂ। ਗੱਲ ਇਹ ਵੀ ਕਿ ਉਦੋਂ ਜਿਸ ਜਿਸ ਵਾਰੀ ਵੀ ਮੈਂ ਆਇਆ, ਇੱਕ ਨਵਾਂ ਸਰਪ੍ਰਾਈਜ਼ ਹੁੰਦਾ, ਐਤਕਾਂ ਵੀ ਪਰਫਾਰਮੈਂਸ ਵਿੱਚ ਇੱਕ ਨਵਾਂ ਜਿਹਾ ਸਰਪ੍ਰਾਈਜ਼ ਹੈ ਜਿਹੜਾ ਕਿ ਤੁਹਾਨੂੰ ਪਰਫੋਰਮ ਦੇ ਦੌਰਾਨ ਨਜ਼ਰ ਆਵੇਗਾ। ਔਰ ਮੇਰੀ ਕੋਸ਼ਿਸ਼ ਹੈ ਕਿ ਮੇਰੇ ਚਾਹਣ ਵਾਲੇ ਜਿਹੜੇ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਮੁਸਤਫੀਦ ਹੋਣ।
ਜ਼ਿਆਦਾ ਖੁਸ਼ ਹੋ। ਗੁੱਡ ਲੱਕ ਜੀ, ਅਸੀਂ ਸਾਰ ਤੋਂ ਵੱਧ ਐਕਸਾਈਟਡ ਅਸੀਂ ਇਸ ਕਰਕੇ ਹੈਗੇ ਕਿ ਵੀ ਬੱਚੇ ਨਾਲ ਪਰਫੋਰਮ ਕਰ ਰਹੇ ਆ। ਕੋ ਆਰਟਿਸਟ ਹੋਰ ਤਰ੍ਹਾਂ ਦੇ ਹੁੰਦੇ ਆ, ਪਰ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਕਿ ਵੀ ਤੁਸੀਂ ਆਪਦੇ ਆਪ ਨੂੰ ਕਿੰਨਾ ਖੁਸ਼ ਨਸੀਬ ਸਮਝ ਰਹੇ ਕਿ ਵੀ ਬੱਚੇ ਤੁਹਾਡੇ ਨਾਲ ਫਰੈਂਡਲੀ ਜਿਹੜਾ ਅੱਗੇ ਆ ਰਹੇ ਨੇ, ਅਤੇ ਬੱਚਿਆਂ ਦੀ ਪਰਫੋਰਮੈਂਸ 'ਤੇ ਇੱਕ ਛੋਟੀ ਜਿਹੀ ਆਪਾਂ ਕਹਿ ਦਿੰਦੇ ਇੱਕ ਟਿੱਪਣੀ ਕਰਕੇ, ਅਤੇ ਆਪਾਂ ਫਿਰ ਤੁਹਾਡੇ ਤੋਂ ਇਜਾਜ਼ਤ ਮੰਗ ਕੇ ਤੁਹਾਨੂੰ ਸ਼ੁਭਕਾਮਨਾਵਾਂ ਦੇਵਾਂਗੇ ਕਿ ਵੀ ਗੁੱਡ ਲੱਕ ਕੱਲ੍ਹ ਦੇ ਸ਼ੋਅ ਲਈ। ਬਸ ਤੁਸੀਂ ਦੁਆ ਕਰਿਓ ਕਿ ਮੈਂ ਜੋ ਕਰਨ ਜਾ ਰਿਹਾ ਵਾਂ ਪਿਆਰ ਮੁਹੱਬਤ ਵਾਸਤੇ ਚੜ੍ਹਦੇ ਲਹਿੰਦੇ ਪੰਜਾਬ ਦੀ ਸੇਵਾ 'ਚ ਚੰਦ ਜਿਹੜੇ ਬੋਲ ਜਿਹੜੇ ਮੇਰੇ ਆਮਣੇ ਨੇ ਜਿਹੜੇ ਤੁਸੀਂ ਸੁਣੋਗੇ ਆਡੀਅੰਸ, ਉਹ ਇੱਕ ਨਵਾਂ ਹੀ ਅੰਦਾਜ਼ ਹੋਏਗਾ, ਹੋਏਗਾ ਮਾਂ ਬੋਲੀ ਦਾ ਹੀ, ਲੇਕਿਨ ਤੁਹਾਨੂੰ ਬਹੁਤ ਸੋਹਣਾ ਲੱਗੇਗਾ। ਗੁੱਡ ਲੱਕ ਜੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ। ਦੋਸਤੋ, ਜਿਹੜਾ ਬੈਲਟ ਦੇ ਵਿੱਚ ਸ਼ੋਅ ਹੋਣ ਜਾ ਰਿਹਾ, ਸੁਲਤਾਨ ਢਿੱਲੋਂ ਭਾਅ ਜੀ, ਰਾਜ ਸਿੰਘ, ਉਹਨਾਂ ਦੀ ਸਾਰੀ ਟੀਮ ਨੇ ਜਿਹੜਾ ਬਹੁਤ ਵਧੀਆ ਔਰਗਨਾਈਜ਼ ਕੀਤਾ, ਉਹ ਜਿਹੜਾ ਕਿ ਫੁੱਲ ਹਾਊਸ ਜਿਹੜਾ ਸ਼ੋਅ ਜਾਣ ਜਾ ਰਿਹਾ। ਉਸ ਤੋਂ ਬਾਅਦ ਫਿਰ ਜੀਲੋਂਗ ਦੇ ਵਿੱਚ ਹੈ ਸ਼ੋਅ ਨੈਕਸਟ ਵੀਕ, ਅਤੇ ਫਿਰ ਜਿਹੜਾ ਜਤਿੰਦਰ ਭਾਅ ਜੀ ਉਹਨਾਂ ਦੇ ਟੂਰ ਦਾ ਇੱਕ ਮੈਲਬਨ ਦੇ ਵਿੱਚ ਆਖਰੀ ਸ਼ੋਅ ਹੈਗਾ, ਉਹ ਇੱਕ ਸੈਪਟੈਂਬਰ ਨੂੰ ਹੈਗਾ ਪੈਲੇ ਥੀਏਟਰ ਦੇ ਵਿੱਚ। ਇਹ ਖੁਸ਼ ਨਸੀਬੀ ਕਿਸੇ ਮਹਾਨ ਕਲਾਕਾਰ ਦੇ ਹਿੱਸੇ ਹੀ ਆ ਸਕਦੀ ਹੈ ਕਿ ਵੀ ਇੱਕ ਹੀ ਜਿਹੜੇ ਸ਼ਹਿਰ ਦੇ ਵਿੱਚ ਇੰਨੇ ਸ਼ੋਅ ਲੱਗਣ ਜਾ ਰਹੇ ਨੇ, ਅਤੇ ਗੁੱਡ ਲੱਕ ਸਾਰੀ ਟੀਮ ਨੂੰ, ਅਤੇ ਆਪਾਂ ਸ਼ੁਭਕਾਮਨਾਵਾਂ ਭੇਜਦੇ ਹਾਂ ਜਿਹੜੇ ਔਰਗਨਾਈਜ਼ਰ ਨੇ ਉਹਨਾਂ ਨੂੰ ਵੀ, ਅਤੇ ਤੁਸੀਂ ਜ਼ਰੂਰ ਹੁਮਾ ਕੇ ਪਹੁੰਚੋ, ਜਿਹੜਾ ਕਿ ਸ਼ੋਅ ਕਦੇ ਨਹੀਂ ਮਿਸ ਕਰਨ ਵਾਲਾ। ਇਹਨਾਂ ਦੀ ਸਾਊਂਡ ਦੀ ਕੁਆਲਿਟੀ ਅਤੇ ਜਿਹੜੇ ਜਿੰਨੇ ਵੀ ਆਪਾਂ ਕਹਿ ਦਿੰਦੇ ਹਾਂ ਕਿ ਮਿਊਜ਼ੀਸ਼ੀਅਨ ਹੁੰਦੇ ਆ, ਉਹਨਾਂ ਦੀ ਇੱਕ ਕਲਾ ਇੱਕ ਵੱਖੋ ਵੱਖਰੀ ਆ, ਅਤੇ ਨਾਲ ਜਦੋਂ ਬੱਚੇ ਆਪਾਂ ਵੇਖਾਂਗੇ, ਅਤੇ ਬੱਚਿਆਂ ਦੇ ਵਿੱਚ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਬੱਚੇ ਹੋਰ ਫੀਲਡ ਦੇ ਵਿੱਚ ਵੀ ਇਨਕਰੇਜ ਹੁੰਦੇ ਨੇ, ਜਦੋਂ ਬੱਚਿਆਂ ਨੂੰ ਬੱਚੇ ਅਤੇ ਫੈਮਿਲੀ ਦੇ ਨਾਲ ਵੇਖਣਗੇ, ਅਤੇ ਇੱਕ ਲੋਹਾਰ ਫੈਮਿਲੀ ਦੀ ਲੈਗੇਸੀ ਨੂੰ ਬੱਚੇ ਅੱਗੇ ਫੋਲੋ ਕਰਨ ਜਾ ਰਹੇ ਨੇ, ਅਲੀ ਅਮਰ ਅਤੇ ਜੂਨੀਅਰ ਆਲਮ ਜੀ, ਆਪਾਂ ਉਹਨਾਂ ਨੂੰ ਗੁੱਡ ਲੱਕ ਕਹਿੰਦੇ ਹਾਂ, ਅਤੇ ਇੱਕ ਐਕਸਾਈਟਮੈਂਟ ਆ, ਜ਼ਰੂਰ ਪਹੁੰਚੋ ਬੈਲਟ ਦੇ ਵਿੱਚ। ਥੈਂਕ ਯੂ, ਸਤਿ ਸ਼੍ਰੀ ਅਕਾਲ। ਸੱਜਣੋ ਅਤੇ ਮਿੱਤਰੋ, ਮੈਂ ਹਾਂ ਤੁਹਾਡਾ ਆਰਿਫ ਲੋਹਾਰ, ਅਤੇ ਨਵੇਂ ਸਾਲ ਦੀਆਂ ਢੇਰ ਵਧਾਈਆਂ, ਰੱਬ ਨਵਾਂ ਸਾਲ ਬੜਾ ਸੋਹਣਾ ਲੈ ਕੇ ਆਵੇ, ਜਿਹੜਾ ਸਾਰੀ ਦੁਨੀਆ ਵਾਸਤੇ ਅਮਨ ਸ਼ਾਂਤੀ ਦਾ ਇੱਕ ਖੂਬਸੂਰਤ ਰੱਬ ਤੋਹਫਾ ਦੇਵੇ। ਔਰ ਜਿੱਥੇ ਰਹੋ ਖੁਸ਼ ਰਹੋ, ਵੱਡਿਆਂ ਦੀਆਂ ਦੁਆਵਾਂ ਦੇ ਨਾਲ ਰਹੋ। ਔਰ ਕੀ ਕਹਿੰਦੇ ਨੇ, ਮਾਵਾਂ ਦੁਆਵਾਂ ਦਿੰਦੀਆਂ ਹੁੰਦੀਆਂ ਸਨ, ਜਿੱਥੇ ਪੈਰ ਉੱਥੇ ਖੈਰ।